ਵੈਲਕਮ ਟੂ ਦਿਸ ਐਪੀਸੋਡ ਆਫ ਲੈਟਸ ਟਾਕ। ਇੱਕ ਅਸੀਂ ਸੀਰੀਜ਼ ਸ਼ੁਰੂ ਕੀਤੀ ਸੈਲਫ ਟਰਾਂਸਫੋਰਮੇਸ਼ਨ ਦੇ ਉੱਤੇ, ਜਿਸ ਵਿੱਚ ਮੇਰਾ ਸਾਥ ਦੇ ਰਹੇ ਨੇ ਡਿੰਪਲ ਰਾਇਤ। ਗੱਲਬਾਤ ਚੱਲ ਰਹੀ ਹੈ ਕਿ ਕਿਵੇਂ ਆਪਣੇ ਵਿੱਚ ਉਹ ਟਰਾਂਸਫੋਰਮੇਸ਼ਨ ਲਿਆਂਦੀ ਜਾਵੇ, ਜਿਸ ਨਾਲ ਕਿ ਅਸੀਂ ਵੀ ਖੁਸ਼ਹਾਲ ਰਹਿ ਸਕੀਏ, ਸਮਝ ਸਕੀਏ ਕਿ ਜੀਵਨ ਦਾ ਮਕਸਦ ਕੀ ਹੈ। ਅਤੇ ਜਦੋਂ ਘਰ ਵਿੱਚ ਖੁਸ਼ਹਾਲੀ ਹੋਏਗੀ ਤਾਂ ਆਫਕੋਰਸ ਆਟੋਮੈਟਿਕਲੀ ਬਾਹਰ ਵੀ ਅਸੀਂ ਦੇਖਾਂਗੇ ਸਭ ਕੁਝ ਚੰਗਾ ਹੈ। ਕਿਹਾ ਜਾਂਦਾ ਕਿ ਬਾਹਰ ਦੀ ਦੁਨੀਆ ਜਿਹੜੀ ਉਹ ਸਾਡੇ ਅੰਦਰ ਹੀ ਹੈ, ਜੋ ਕੁਝ ਉਹੀ ਬਾਹਰ ਡਿਪਿਕਟ ਹੁੰਦੀ ਹੈ। ਕਿਵੇਂ ਅੰਦਰ ਉਹ ਟਰਾਂਸਫੋਰਮੇਸ਼ਨ ਲਿਆਂਦੀ ਜਾਵੇ, ਔਰ ਇਸ ਬਾਰੇ ਜੋ ਗੱਲਬਾਤ ਕਰ ਰਹੇ ਹਾਂ ਉਸ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ ਡਿੰਪਲ ਰਿਆਤ ਨਾਲ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਸੋ ਮਚ ਫੋਰ ਹੈਵਿੰਗ। ਥੈਂਕ ਯੂ ਜੀ। ਸੋ ਗੱਲਬਾਤ ਚੱਲ ਰਹੀ ਸੀ ਲਾਸਟ ਟਾਈਮ ਜੋ ਅਸੀਂ ਕੀਤੀ ਸੀ, ਇਹ ਸੈਲਫ ਟਰਾਂਸਫੋਰਮੇਸ਼ਨ ਦਾ ਜਿਹੜਾ ਸਫ਼ਰ ਹੈਗਾ, ਇਟਸ ਨੋਟ ਅ ਇੰਸਟੈਂਟ। ਇਹ ਤਾਂ ਹਰ ਰੋਜ਼ ਤੁਹਾਨੂੰ ਜੰਗ ਜਿਹੜੀ ਲੜਨੀ ਪੈਂਦੀ ਹੈਗੀ। ਈਗੋ ਜਿਹੜਾ ਹੈਗਾ ਇਹ ਸਭ ਤੋਂ ਵੱਡਾ ਹੋਮੇ, ਜਿਸ ਨੂੰ ਅਸੀਂ ਕਹਿੰਦੇ ਹਾਂ, ਇੱਕ ਫੈਕਟਰ ਹੈ ਜਿਹੜਾ ਤੁਹਾਨੂੰ ਰੋਕਦਾ ਹੈ ਅੱਗੇ ਵਧਣ ਤੋਂ। ਥੋੜ੍ਹਾ ਜਿਹਾ ਉਹਦੇ 'ਤੇ ਗੱਲਬਾਤ ਕਰੀਏ ਕਿ ਇਹ ਈਗੋ ਨੂੰ ਕਿਵੇਂ ਅਸੀਂ ਸਮਝਣਾ ਹੈ, ਕਿਉਂਕਿ ਈਗੋ ਨੂੰ ਕਈ ਵਾਰੀ ਅਸੀਂ ਸਵੈਭਿਮਾਨ ਜਿਹਨੂੰ ਅਸੀਂ ਕਹਿੰਦੇ, ਉਹ ਵੀ ਨਹੀਂ ਖਤਮ ਕਰਨਾ। ਅਸੀਂ ਸੈਲਫ ਅਸਟੀਮ ਵੀ ਆਪਣੀ ਬਰਕਰਾਰ ਰੱਖਣੀ ਹੈ, ਪਰ ਨਾਲ ਨਾਲ ਕਿੱਥੇ ਉਹ ਸੈਲਫ ਅਸਟੀਮ ਇੰਨੀ ਭਾਰੂ ਨਾ ਹੋ ਜਾਏ ਕਿ ਅਸੀਂ ਸਿਰਫ ਉਸ ਵਿੱਚ ਹੀ ਫਸ ਕੇ ਨਾ ਰਹਿ ਜਾਈਏ। ਸੋ ਬੜਾ ਇੱਕ ਡੈਲੀਕੇਟ ਇਹ ਟੋਪਿਕ ਵਿੱਚ ਆਵਾਂਗਾ, ਥੋੜ੍ਹਾ ਜਿਹਾ ਇਸ ਦੇ ਉੱਤੇ ਸਾਡੇ ਨਾਲ ਸ਼ੇਅਰ ਕਰੋ ਅਤੇ ਦੱਸੋ ਕਿ ਕਿਵੇਂ ਇਹ ਸਮਝਣਾ, ਇਸਨੂੰ ਈਗੋ ਹੈ ਕੀ ਹੈ, ਕਿਵੇਂ ਇਸਨੂੰ ਟੇਮ ਕਰਨਾ ਹੈ ਜਾਂ ਕੰਟਰੋਲ ਕਰਨਾ ਹੈ, ਤਾਂ ਕਿ ਇਹ ਨਾ ਸਾਨੂੰ ਕੰਟਰੋਲ ਕਰੇ, ਅਸੀਂ ਇਸਨੂੰ ਕੰਟਰੋਲ ਕਰੀਏ। ਐਬਸੋਲੂਟਲੀ ਐਬਸੋਲੂਟਲੀ। ਔਰ ਜਦੋਂ ਤੁਸੀਂ ਟਰਾਂਸਫਰਮੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਦਰਅਸਲ ਇਹੀ ਤਾਂ ਹੈ ਨਾ ਕਿ ਟਰਾਂਸਫਰਮੇਸ਼ਨ ਦਰਅਸਲ ਕੀ ਹੈਗਾ, ਮੇਰੇ ਸੋਚ, ਮੇਰੇ ਵਿਚਾਰ ਔਰ ਜਿਹੜੇ ਮੇਰੇ ਬਿਲੀਫ ਸਿਸਟਮਸ ਹੈਗੇ ਨੇ ਉਹਨਾਂ ਦੇ ਵਿੱਚ ਪਰਿਵਰਤਨ ਲੈ ਕੇ ਆਉਣਾ। ਸੋ ਹੁਣ ਜਦੋਂ ਤੁਸੀਂ ਈਗੋ ਦੀ ਗੱਲ ਕੀਤੀ, ਸੋ ਰੀਲੀ ਆਈ ਮੀਨ ਈਗੋ ਹੈ ਕੀ? ਇੱਕ ਪਾਸੇ ਤਾਂ ਸਾਰੇ ਅਸੀਂ ਕਹਿੰਦੇ ਕਿ ਸੈਲਫ ਰਿਸਪੈਕਟ ਮੇਨਟੇਨ ਕਰਨਾ, ਦੂਸਰੇ ਪਾਸੇ ਈਗੋ। ਸੋ ਰੀਲੀ ਈਗੋ ਜੇ ਅਸੀਂ ਦੇਖਦੇ ਹਾਂ, ਆਈ ਮੀਨ ਬਚਪਨ ਤੋਂ ਜਦੋਂ ਅਸੀਂ ਪੈਦਾ ਹੁੰਦੇ ਹਾਂ, ਦੇਅਰ ਆਰ ਸਰਟਨ ਆਈਡੈਂਟੀਟੀਜ਼, ਲੇਬਲਸ ਜਿਹੜੇ ਕਿ ਮੈਂ ਆਪਣੇ ਆਪ 'ਤੇ ਲਾਏ ਹੋਆ, ਰਾਈਟ? ਕੁਛ ਤਾਂ ਹੈਗੇ ਕਿ ਜਿਹੜੇ ਅਸੀਂ ਜਨਮ ਤੋਂ ਪੈਦਾ ਹੁੰਦੇ ਹਾਂ, ਫੋਰ ਐਗਜ਼ਾਮਪਲ ਜਿਹੜੇ ਕਲਚਰ ਦੇ ਵਿੱਚ, ਜਿਹੜੇ ਰਿਲੀਜਨ ਦੇ ਵਿੱਚ ਅਸੀਂ ਪੈਦਾ ਹੁੰਦੇ ਹਾਂ, ਸਾਡੇ ਰਿਲੇਸ਼ਨਸ਼ਿਪਸ ਜੋ ਹੈਗੀਆਂ ਆ, ਔਰ ਬਾਕੀ ਦੇ ਜਿਹੜੇ ਮੇਰੇ ਲਾਈਕਸ, ਮੇਰੇ ਡਿਸਲਾਈਕਸ, ਮੇਰੇ ਹੋਬੀਜ਼ ਔਰ ਮਟੀਰੀਅਲਿਸਟਿਕ ਪੋਜੈਸ਼ਨਸ, ਈਵਨ ਇੱਥੇ ਤੱਕ ਕਿ ਮੇਰਾ ਕਰੀਅਰ ਜਿਹੜਾ ਹੈਗਾ, ਉਹ ਮੈਂ ਆਪਣੇ ਆਪ 'ਤੇ ਇੱਕ ਲਿਮਿਟ ਕਹਿ ਲਓ ਕਿ ਔਰ ਲਗਾ ਦਿੰਦੇ ਹਾਂ ਨਾ, ਕਿ ਆਈ ਮਸਟ ਬੀ ਦਿਸ, ਇਫ ਆਈ ਐਮ ਨੋਟ ਦੈਟ ਮੀਨਸ ਆਈ ਐਮ ਨੋਟ ਗੁੱਡ ਇਨਫ, right? Now so it's basically that's not myself, that's not who I am, but those are my thoughts, my belief systems jehde main apne banaye hoya, aur us de aadhar te assi apni zindagi aur apni relationships nu vi jeende hai gaya. ਪਰ ਇਹਦੇ 'ਚ ਅਗੇਨ ਉਹੀ ਗੱਲ ਆ ਗਈ, ਥੋਟਸ ਜਿਹੜੇ ਤੁਸੀਂ ਬਣਾਏ ਹੋਏ ਨੇ, ਜੇਕਰ ਉਹ ਥੋਟਸ ਹੀ ਨਹੀਂ ਹੋਣਗੇ ਤਾਂ ਹਾਊ ਕੈਨ ਯੂ ਨੋ ਸਕਸੀਡ ਇਨ ਲਾਈਫ, ਬੇਸਿਕਲੀ ਜਿਹਨੂੰ ਅਸੀਂ ਕਹਿੰਦੇ ਹਾਂ। ਕਿਉਂਕਿ ਰਿਲੀਜਨ ਦੀ ਗੱਲ ਕਰ ਲਓ ਜਾਂ ਤੁਸੀਂ ਜਿਹੜੀ ਸੈਲਫ ਦੀ ਗੱਲ ਕੀਤੀ ਹੈ ਕਿ ਬਈ ਮੈਂ ਇੱਕ ਆਪਣੇ ਆਲੇ ਦੁਆਲੇ ਇੱਕ ਐਸੀ ਸੋਚ ਜੋ ਹੈ ਉਹ ਬਣਾਈ ਹੋਈ ਹੈ ਕਿ ਜੇ ਮੈਂ ਇਹ ਨਹੀਂ ਕਰਦਾ ਤਾਂ ਮੈਨੂੰ ਲੋਕ ਕੀ ਕਹਿਣਗੇ ਜਾਂ ਮੈਂ ਕੀ ਹਾਂ, ਤੁਸੀਂ ਪਰ ਕਿਹਾ ਕਿ ਇਹ ਸਹੀ ਨਹੀਂ ਹੈਗਾ, ਸੈਲਫ ਨਹੀਂ ਹੈਗਾ। ਪਰ ਇਸਨੂੰ ਅੰਡਰਸਟੈਂਡ ਕਰਨ ਵਾਸਤੇ ਡਿੰਪਲ ਜੀ ਇੱਕ ਬਹੁਤ ਅਗੇਨ ਸੈਲਫ ਸਟੀਮ ਚਾਹੀਦੀ, ਸਟਰੈਂਥ ਚਾਹੀਦੀ ਹੈਗੀ। ਉਹ ਸਟਰੈਂਥ ਕਿਵੇਂ ਆਵੇ ਕਿ ਅਸੀਂ ਦੁਨੀਆ ਦਾ ਮੁਕਾਬਲਾ, ਕਿਉਂਕਿ ਅੱਜ ਅਸੀਂ ਜੋ ਜੀ ਰਹੇ ਹਾਂ ਮੋਸਟਲੀ ਮੇਰੇ ਖਿਆਲ ਸ਼ਾਇਦ 99% ਅਸੀਂ ਦੂਸਰਿਆਂ ਵਾਸਤੇ ਜਿੰਨੇ ਕਿ ਲੋਕ ਸਾਡੇ ਬਾਰੇ ਕੀ ਸਮਝਦੇ ਨੇ, ਅਸੀਂ ਆਪਣੇ ਬਾਰੇ ਕੀ ਸਮਝਦੇ ਸਾਨੂੰ ਪਤਾ ਹੀ ਨਹੀਂ ਹੈਗਾ। ਸੋ ਕਿਵੇਂ ਪਤਾ ਚੱਲ ਸਕੇ ਕਿ ਸਾਡੇ ਵਿੱਚ ਹੈ ਜੋ ਹੈ ਕੀ ਚੀਜ਼ ਹੈ, ਅਤੇ ਕਿਵੇਂ ਉਸਨੂੰ ਅਸੀਂ ਅਗੇਨ ਡਿਵੈਲਪ ਕਰਨਾ ਹੈ ਤਾਂ ਕਿ ਅਸੀਂ ਹੋਰ ਸਟਰੋਂਗ ਹੋ ਸਕੀਏ, ਉਹਦੇ ਬਾਰੇ ਕੀ ਕਹੋਗੇ? ਸੀ ਅਗੈਨ ਉਹ ਫਿਰ ਵਾਪਸ ਆ ਜਾਂਦਾ ਮੈਨੂੰ ਆਪਣੀ ਪਹਿਚਾਣ, ਅਸੀਂ ਆਪਣੀ ਪਹਿਚਾਣ ਖੋ ਚੁੱਕੇ ਹਾਂ ਜੀ। ਸੋ ਜਦੋਂ ਵੀ ਸੇ ਸਪਿਰਚੁਅਲ ਇੰਟੈਲੀਜੈਂਸ ਨਾ, ਇਹ ਤਾਂ ਸਾਡੀ ਜ਼ਿੰਦਗੀ 'ਚੋਂ ਮਿਸਿੰਗ ਹੈਗਾ ਆ। ਸੋ ਰੀਅਲੀ ਜੇ ਦੇਖਿਆ ਜਾਵੇ ਸਪਿਰਚੁਅਲ ਇੰਟੈਲੀਜੈਂਸ ਹੈ ਕੀ? ਸਪਿਰਚੁਅਲ ਮੀਨਿੰਗ ਆਈ ਦ ਬੀਂਗ, ਅਸੀਂ ਬਹੁਤ ਸੁਣਿਆ ਕਿ ਆਈ ਐਮ ਦ ਹਿਊਮਨ ਬੀਂਗ ਔਰ ਆਈ ਐਮ ਦ ਸਪਿਰਿਟ, ਬਟ ਰੀਅਲੀ ਵਟ ਡਜ਼ ਇਟ ਮੀਨ? ਨਾ ਹਿਊਮਨ ਆਈ ਐਮ ਦਿਸ ਅਫਕੋਰਸ ਫਿਜ਼ੀਕਲ ਬੀਂਗ ਦੈਟ ਇਜ਼ ਡੂਇੰਗ ਦ ਥਿੰਗਸ, but that being inside the spirit, who is that spirit? Right? So that spirit is, of course, our values, our core nature. And our values and our core nature jadon si fir ode na reconnect hunde ha, eh jehdi sadi self perceptions assi apne aap te layo project karde ha bar, fir assi oh to separate ho ke apni self respect de vich reh ke assi we can perform the being itself, right? Now for example hun jadon value di gal karde ha na, so let's say ke jadon assi ik for example maa to puchde ha ke ohdi values ki hegi hai na, so the purpose ohde values te aadhar te hoyega. So maa ke ki mera
ਵੈਲਿਊਜ਼ ਹੈਗੇ ਆ ਪਿਆਰ ਔਰ ਬੱਚਿਆਂ ਨੂੰ ਚੰਗੀ ਤਰ੍ਹਾਂ ਯੂ ਨੋ ਪਾਲਣ ਪੋਸ਼ਣ ਕਰਨਾ, ਉਹਨਾਂ ਨੂੰ ਵੱਡੇ ਕਰਨਾ, ਸੋ ਉਹਦਾ ਪਰਪਸ ਬਣ ਜਾਂਦਾ ਉਸ ਆਧਾਰ 'ਤੇ. ਰਾਈਟ. ਪਰ ਰੀਅਲੀ ਦੈਟ ਮਦਰ ਇਜ਼ ਦੈਟ ਹੂ ਸ਼ੀ ਇਜ਼? ਨੋ, ਦੈਟਸ ਅ ਰੋਲ ਦੈਟ ਸ਼ੀ ਇਜ਼ ਪਲੇਇੰਗ. ਰਾਈਟ. ਰਾਈਟ. ਹੁਣ ਅਸੀਂ ਪ੍ਰੋਫੈਸ਼ਨਲ ਨੂੰ ਲੈਂਦੇ ਹਾਂ, ਸੋ ਐਜ਼ ਅ ਪ੍ਰੋਫੈਸ਼ਨਲ ਦੇ ਵੁੱਡ ਸੇ ਔਰ ਲੈਟਸ ਸੇ ਡਾਕਟਰ ਦੀ ਗੱਲ ਕਰਦੇ ਹਾਂ ਜਿਹੜਾ, ਉਹ ਆਪਣੇ ਵੈਲਿਊਜ਼ ਦੇ ਆਧਾਰ 'ਤੇ ਉਹਦਾ ਪਰਪਸ ਹੋਏਗਾ ਕਿ ਮੈਂ ਆਪਣੇ ਪੇਸ਼ੈਂਟਸ ਨੂੰ ਹੀਲ ਕਰਨਾ. ਰਾਈਟ. Healing is his profession, mm-hmm. his gift, mm-hmm. but that's not who he is. Mm-hmm. So again, that's a profession that he is playing. Right. Na? So hun je core te aaye sare dekhe, so my core value is of course love, right, peace, mm-hmm. purity, ji, bliss, and being happy. Mm-hmm. Na? Mm-hmm. So hun jaise kahiye ki I the being now is performing that hun old mother da role play kar diya na hun aave koi bhi situation tin je laise bacche hai gaye je ladai jhagde kar diya, so hun je ho apni core value to aaye ki I am a peaceful soul, mm-hmm. now I will deal with the situation with peace. Mm-hmm. So antar aa gaya na. Right. So now that ego that I'm a mother, I have to perform this way, mm-hmm. that's a perception jehda ke main as a mother like jandi hai na, oh ego te aa jandi hai. Self respect I maintain within my core value, right. My core self, which is I am peace. Mm-hmm. So now from that aspect I'm going to remain peace or fair situation de vich. Mm-hmm. Similarly professionally ji, hun professionally doctor heal karda na, ਜੋ ਜਿਸ ਸਰਜਰੀ ਪਰਫੋਰਮ ਕਰਦਾ ਉਹ ਪਰਫੋਰਮ ਕਰਦੇ ਕਰਦੇ ਮਾਨਸਿਕ ਤੌਰ 'ਤੇ ਉਹ ਕੀ ਗੁਜ਼ਰ ਰਿਹਾ, ਰਾਈਟ? ਦੈਟ ਵੇਰੀਜ਼ ਔਨ ਇੰਡੀਵਿਜੁਅਲ ਸਟੇਟ ਆਫ ਬੀਂਗ. ਸੋ ਹੁਣ ਜੇ ਉਹ ਸਰਜਰੀ ਪਰਫੋਰਮ ਕਰਦੇ ਕਰਦੇ ਆਪਣੇ ਅੰਦਰ ਸ਼ਾਂਤ ਨਹੀਂ, ਉਹ ਐਕਸ਼ਨ ਤਾਂ ਪਰਫੋਰਮ ਹੋ ਗਿਆ ਪਰ ਉਹਦੀ ਐਨਰਜੀ ਕਿੱਦਾਂ ਦੀ ਹੋਏਗੀ? ਬਿਕਾਜ਼ ਦੈਟਸ ਕਮਿੰਗ ਫਰੋਮ ਦਾ ਈਗੋ ਦੈਟ ਮੈਂ ਇੱਕ ਡਾਕਟਰ ਹਾਂ, ਪ੍ਰੋਫੈਸ਼ਨਲ, ਔਰ ਇਹ ਕੰਮ ਮੇਰਾ ਇੱਦਾਂ ਇੱਦਾਂ ਹੋਣਾ ਚਾਹੀਦਾ ਆ, ਔਰ ਜੇ ਇੱਦਾਂ ਨਹੀਂ ਹੋਇਆ ਦੈਨ ਇਟਸ ਗੋਇੰਗ ਟੂ ਅਫੈਕਟ ਮਾਈ ਇਮੇਜ, ਰਾਈਟ? ਸੋ ਦੈਟ ਕਮਸ ਫਰੋਮ ਦ ਪਲੇਸ ਆਫ ਈਗੋ, ਈਵਨ ਅ ਸਰਲ ਬਟ ਇਟ ਇਜ਼ ਈਗੋ. ਹੁਣ ਜੇ ਅਸੀਂ ਕਰਦੇ ਗੱਲ ਕੋਰ ਬੀਂਗ ਤੋਂ, ਦੈਟ ਆਈ ਐਮ ਕੰਟੈਂਟ, happy, peaceful. Hmm. Uno peaceful state ton, from the core of the self, oh a surgery perform kar raha. Right. Oh the energy kidan di hoegi. Right? Ji. So that's a true being in self-respect versus coming from the ego. So from that state of doingness to beingness jada hai hai, exactly. Oh kive karna hai ji, is bare thode do hor kuch information lene is chodi ji break to baad, kyunki assi ta karde ha har cheez de vich, oh ego jehdi hai tonu drive kar rahi hai. Okay, again, if we are talking also now, I think I am asking you questions, mm-hmm. and you are just giving me answers. Mm-hmm. But again, we are just doing that. Mm-hmm. Oh, tusi kya beingness de vich jaan layi peaceful jada tuhadi shant swaroop atma da jada jada concept hai ga, oh kivein shanti jehdi hai us de vich tusi jodo apne aap nu ja tuhadi soch jehdi hai us vich oh taka hove taaki tusi us beingness to kaam karo, ki fark hoega beingness te doingness de vich, is bare vi gal karne chodi ji break to baad. ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ 'ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੋਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ 'ਤੇ ਟੌਪ ਕੁਆਲਿਟੀ ਦੇ ਫੈਬਰਿਕਸ ਅਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਅਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਅਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਅਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ 'ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੋਥ ਹਾਊਸ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਸਾਥ ਦੇ ਰਹੇ ਨੇ ਡਿੰਪਲ ਰਿਆਤ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੀ ਸੈਲਫ ਟਰਾਂਸਫੋਰਮੇਸ਼ਨ ਸੀਰੀਜ਼ ਹੈਗੀ ਹੈ ਕਿ ਕਿਵੇਂ ਅਸੀਂ ਆਪਣੇ ਈਗੋ ਨੂੰ ਟੇਮ ਕਰਨਾ ਹੈ। ਆਮ ਤੌਰ 'ਤੇ ਜੋ ਕੁਝ ਅਸੀਂ ਕਰਦੇ ਹਾਂ ਅਸੀਂ ਕਿਸੇ ਇੱਕ ਵੱਖਰੇ ਨਜ਼ਰੀਏ ਨਾਲ, ਵੱਖਰੀ ਸੋਚ ਨਾਲ ਕਰਦੇ ਹਾਂ ਆਪਣੇ ਆਪ ਨੂੰ, ਯਾਨੀ ਕਿ ਮੈਂ ਕਰ ਰਿਹਾ ਉਹ ਚੀਜ਼ ਸਾਨੂੰ ਡਰਾਈਵ ਕਰਦੀ ਹੈਗੀ ਹੈ। ਡੂਇੰਗਨੈਸ ਤੋਂ ਬੀਇੰਗਨੈਸ ਦੇ ਵਿੱਚ ਕਿਵੇਂ ਜਾਣਾ ਹੈ ਉਸ ਬਾਰੇ ਹੋਰ ਚਰਚਾ ਕਰਦੇ ਹਾਂ ਜੀ। ਸੋ ਬ੍ਰੇਕ ਤੋਂ ਪਹਿਲਾਂ ਜੋ ਤੁਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਜੋ ਵੀ ਕਰ ਰਹੇ ਹੋ ਆਪਣੇ ਆਪ ਨੂੰ ਸਾਈਡ ਕਰਕੇ ਜਦੋਂ ਤੁਸੀਂ ਕਰੋਗੇ ਪਰ ਉਹ ਸ਼ਾਂਤੀ ਜਿਹੜੀ ਅੰਦਰ ਲਿਆਉਣੀ ਹੈਗੀ ਉਹਦੇ ਵਾਸਤੇ ਤਾਂ ਕੁਝ ਕਰਨਾ ਪਏਗਾ ਨਾ। ਤੁਸੀਂ ਆਪਣੇ ਆਪ ਨੂੰ ਡਿਟੈਚ ਕਿਵੇਂ ਕਰਨਾ ਆਪਣੇ ਆਪ ਤੋਂ, ਉਹਦੇ ਵਾਸਤੇ ਕੀ ਸਫ਼ਰ ਹੁੰਦਾ ਜੀ? ਸੀ ਉਹਦੇ ਲਈ ਅਗੈਨ ਫਿਰ ਅਸੀਂ ਵਾਪਸ ਆ ਜਾਂਦੇ ਨਾ ਆਪਣੇ ਆਪ 'ਤੇ ਜੀ ਔਰ ਮੇਰੇ ਬਿਲੀਫ ਸਿਸਟਮਸ 'ਤੇ। ਅੱਜ ਤੇ ਅਸੀਂ ਕੀ ਜਿਹੜੇ ਬਿਲੀਫ ਸਿਸਟਮ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਜੀ, ਕਿ ਸ਼ਾਂਤੀ ਔਰ ਖੁਸ਼ੀ
ਮੈਨੂੰ ਦੂਸਰਿਆਂ ਤੋਂ ਮਿਲੇਗੀ। ਰਾਈਟ, ਜੇ ਮੈਂ ਆਹ ਕੰਮ ਕਰੂੰਗੀ ਫਿਰ ਮੈਨੂੰ ਉਹ ਦੂਸਰਿਆਂ ਤੋਂ ਖੁਸ਼ੀ ਮਿਲੇਗੀ, ਜਾਂ ਯੂ ਨੋ ਲਾਈਕ ਸੈਲਫ ਅਪਰੀਸ਼ੀਏਸ਼ਨ ਮਿਲੇਗੀ। ਸੋ ਰੀਅਲੀ ਇਹ ਬਿਲੀਫ ਸਿਸਟਮ ਨਾਲ ਜਿਹੜਾ ਅਸੀਂ ਆਪਣੇ ਆਪ ਲਈ ਲੈ ਕੇ ਘੁੰਮਦੇ ਹਾਂ। ਸੋ ਜੇ ਅਸੀਂ ਇਸ ਤੋਂ ਸੈਪਰੇਟ ਆ ਕੇ ਚੱਲਦੇ ਹਾਂ ਕਿ ਓਕੇ ਜੇ ਅਸ ਮੈਂ ਕਹਿੰਦੀ ਕਿ ਮੈਂ ਹੀ ਸ਼ਾਂਤੀ ਹਾਂ ਔਰ ਯੂ ਨੋ ਪਿਆਰ ਔਰ ਖੁਸ਼ੀ ਦਾ ਪ੍ਰਤੀਕ ਹੈਗਾ, ਸੋ ਲੈਟ ਮੀ ਰਿਮੇਨ ਇਨ ਮਾਈ ਸੈਲਫ ਰਿਸਪੈਕਟ ਜਸਟ ਫੋਰ ਦ ਪਰਪਸ ਆਫ ਦਿਸ ਕਨਵਰਸੇਸ਼ਨ। ਜੀ, ਲੈਟ ਮੀ ਰਿਮੇਨ ਐਂਡ ਦੈਨ ਜੇ ਕੋਈ ਵੀ ਕੁਛ ਮੈਨੂੰ ਕਹਿੰਦਾ ਉਹਦੇ 'ਤੇ ਡਿਪੈਂਡ ਨਹੀਂ ਕਰਕੇ ਆਪਣੇ ਆਪ ਰਿਮਾਇੰਡ ਕਰੀਏ ਕਰਨਾ ਕਿ ਸ਼ਾਂਤੀ ਮੈਨੂੰ ਬਾਹਰੋਂ ਨਹੀਂ ਮੈਨੂੰ ਆਪਣੇ ਅੰਦਰ ਮਿਲੇਗੀ, ਖੁਸ਼ੀ ਮੈਂ ਜੋ ਵੀ ਕੰਮ ਕਰਨਾ ਉਹ ਕਰਨਾ ਹੈਗਾ ਪਰ ਉਹ ਖੁਸ਼ੀ ਖੁਸ਼ੀ ਕਰਨਾ। ਫੋਰ ਐਗਜ਼ਾਮਪਲ ਘਰ ਦੇ ਵਿੱਚ ਕਿੰਨਾ ਅਸੀਂ ਕੰਮ ਕਰਦੇ ਹਾਂ, ਰਾਈਟ, ਕਦੀ ਕਦੀ ਮਨ ਦੇ ਵਿੱਚ ਕਿ ਅਸੀਂ ਸਾਰਾ ਕੁਛ ਕਿਉਂ ਕਰਨੇ, ਯੂ ਨੋ ਬੱਚੇ ਵੀ ਦਿਸ ਐਂਡ ਦੈਟ, ਲਾਈਕ ਦੇਅਰ ਸੋ ਮੱਚ ਦੈਟ ਐਡਸ ਔਨ। ਪਰ ਜੇ ਇਫ ਵੀ ਕਮ ਫਰੋਮ ਦ ਪਲੇਸ ਥਿੰਗ ਓਕੇ ਯੂ ਨੋ ਵਟ ਸਾਰਾ ਕੁਛ ਕਰਨਾ ਹੈ ਪਰ ਲੈਟ ਮੀ ਰਿਮਾਇੰਡ ਮਾਈ ਸੈਲਫ ਦੈਟ ਜੋ ਵੀ ਮੈਂ ਕਰਨਾ ਉਹ ਮੈਂ ਖੁਸ਼ੀ ਖੁਸ਼ੀ ਕਰਨਾ। ਜੀ, ਸੋ ਉਹਦੇ ਨਾਲ ਕੀ ਫਰਕ ਆ ਜਾਂਦਾ, ਐਨਰਜੀ ਸ਼ਿਫਟ ਹੋ ਜਾਂਦੀ ਹੈ। ਹੁਣ ਅਸੀਂ ਐਨਰਜੀ ਕਿਹੜੀ ਕ੍ਰੀਏਟ ਕਰ ਰਹੇ ਹਾਂ ਕਿ ਮੈਨੂੰ ਸਾਰਾ ਕੁਛ ਕਰਨਾ ਪੈਂਦਾ, ਮੈਂ ਕਿੱਦਾਂ ਕਰੂੰਗੀ, ਮੈਂ ਹੀ ਕਿਉਂ ਕਰਨਾ। ਸੋ ਉਹ ਸਾਰੀ ਐਨਰਜੀ ਅਸੀਂ ਆਪਣੀ ਹੋਰ ਵਧਾ ਰਹੇ ਹਾਂ ਨੈਗੇਟਿਵ 'ਤੇ। ਸੋ ਹੁਣ ਜੇ ਮੈਂ ਇਹੀ ਸੋਚਦੀ ਹਾਂ ਕਿ ਯੂ ਨੋ ਜੋ ਵੀ ਮੈਂ ਕੁਛ ਕਰਨਾ ਅੱਜ, ਇੱਕ ਮੈਂ ਲੈਟਸ ਜਸਟ ਸੇ ਕਿ ਸਿਰਫ ਇੱਕ ਪਰਿਵਰਤਨ ਲੈ ਕੇ ਆਉਣਾ ਆਪਣੀ ਸੋਚ 'ਤੇ ਕਿ ਜੋ ਵੀ ਕੰਮ ਅੱਜ ਕਰਨਾ ਮੈਂ ਖੁਸ਼ੀ ਖੁਸ਼ੀ ਕਰਨਾ, ਚਾਹੇ ਮੈਨੂੰ ਕੋਈ ਕੁਛ ਵੀ ਕਵੇ, ਚੰਗਾ ਭਲਾ ਬੁਰਾ, ਉਹਨਾਂ ਦੇ ਵਰਡਸ ਐਕਸ਼ਨਸ 'ਤੇ ਮੈਂ ਮੇਰੇ 'ਤੇ ਕੋਈ ਇੰਪੈਕਟ ਨਹੀਂ ਹੋਏਗਾ। ਹੁਣ ਜੋ ਵੀ ਮੈਂ ਕਰੂੰਗੀ ਬਿਕਾਜ਼ ਦ ਸ਼ਿਫਟ ਇਜ਼ ਚੇਂਜ ਇਟਸ ਕ੍ਰੀਏਟਿਡ ਡਿਫਰੈਂਟ ਇਨਸਾਈਡ ਮੀ, ਉਹ ਐਨਰਜੀ ਦਾ ਫਰਕ ਵੀ ਫਿਰ ਉੱਤੇ ਪਏਗਾ। ਸੋ ਅਗੇਨ ਜਿਹੜੀ ਤੁਹਾਡੀ ਗੱਲ ਹੈ ਉਹਦੇ 'ਚ ਇਹੀ ਡਿਪਿਕਟ ਹੋ ਰਿਹਾ ਜਾਂ ਪਤਾ ਚੱਲ ਰਿਹਾ ਕਿ ਇਟਸ ਆਲ ਅ ਮੈਂਟਲ ਗੇਮ ਬੇਸਿਕਲੀ, ਤੁਸੀਂ ਆਪਣੇ ਸਮਝਾ ਰਹੇ ਹੋ ਆਪਣੇ ਆਪ ਨੂੰ, ਦੈਟਸ ਇਟ, ਦੈਟਸ ਆਲ ਇਟ ਇਜ਼, ਸੀ ਇਟਸ ਥਾਟਸ, ਆਰ ਈਚ ਥਾਟ, ਸਾਡੀ ਇੱਕ ਇੱਕ ਸੋਚ ਜਿਹੜੀ ਹੈਗੀ ਆ ਔਰ ਇੱਕ ਪੌਦੇ ਵਾਂਗੂ ਜਿਹੜਾ ਯੂ ਨੋ ਇਨ ਦ ਫਿਊਚਰ ਵੱਡਾ ਹੋਏਗਾ। ਸੋ ਜਿਹੜੇ ਜਿਹੜੇ ਅਸੀਂ ਥਾਟਸ ਨੂੰ ਜ਼ਿਆਦਾ ਅਟੈਂਸ਼ਨ ਦੇਵਾਂਗੇ ਉੱਥੇ ਹੀ ਫਲੋ ਹੋਏਗਾ, ਰਾਈਟ। ਪਰ ਫਰਕ ਇੱਥੇ ਇਹ ਆ ਜਾਂਦਾ ਹੈ ਕਿ ਹੁਣ ਅਸੀਂ ਅਟੈਂਸ਼ਨ ਵਿਦ ਅਵੇਅਰਨੈਸ ਕਰ ਰਹੇ ਹਾਂ ਕਿ ਵਾਕਈ ਮੈਂ ਕੌਣ ਆ, ਪਹਿਲਾਂ ਆਪਣੇ ਆਪ ਨੂੰ ਪਛਾਣ ਕੇ ਫਿਰ ਉਸ ਆਧਾਰ 'ਤੇ ਯੂ ਕੈਨ ਓਨਲੀ ਰਿਮੇਨ ਇਨ ਵਿਦ ਇਨ ਯੋਰ ਸੈਲਫ ਰਿਸਪੈਕਟ। ਤੁਹਾਡਾ ਸੈਲਫ ਕੌਨਫੀਡੈਂਸ, ਸੈਲਫ ਇਸਟੀਮ ਤਾਂ ਹੀ ਵਧੇਗੀ ਜਦੋਂ ਤੁਸੀਂ ਆਪਣੇ ਕੋਰ ਤੋਂ, ਕੋਰ ਵੈਲਿਊਜ਼ ਤੋਂ ਤੁਸੀਂ ਕੰਮ ਕਰੋਗੇ, ਨਾ ਨਹੀਂ ਤਾਂ ਬਾਕੀ ਤਾਂ ਸਾਰੇ ਜੋ ਵੀ ਹੈਗੇ ਦੋਜ਼ ਆਰ ਆਲ ਐਕਵਾਇਰਡ ਲੇਅਰਸ, ਨਹੀਂ ਕਹਿੰਦੇ ਜਿੱਦਾਂ ਅਨੀਅਨ ਦੇ ਪਿਆਜ਼ ਦੇ ਲੇਅਰਸ ਹੁੰਦੇ ਆ, ਅਸੀਂ ਸਾਰੇ ਵੀ ਆਰ ਦ ਪ੍ਰੋਡਕਟ ਆਫ ਦ ਲੇਅਰਸ ਜਿਹੜੇ ਅਸੀਂ ਕ੍ਰੀਏਟ ਕੀਤੇ ਆਪਣੇ ਆਪ 'ਤੇ, ਨਾ। ਪਰ ਅਗੈਨ ਕਮਿੰਗ ਬੈਕ ਟੂ ਦ ਕੋਰ ਇਜ਼ ਵੇਅਰ ਦ ਟਰੂ ਸੈਲਫ ਟ੍ਰਾਂਸਫਰਮੇਸ਼ਨ ਬਿਗਿਨਸ। What change happens then? That's what the question is. Because ਅੱਜ ਜੋ ਦੁਨੀਆ ਭਰ ਦੇ ਵਿੱਚ ਸਟ੍ਰਾਈਫ ਚੱਲ ਰਹੀ ਹੈ ਉਹ ਇਹੀ ਹੈਗੀ ਹੈ ਕਿ ਜੋ ਕੁਝ ਅੱਜ ਫਸਾਦ ਚੱਲ ਰਹੇ ਨੇ, ਜੋ ਕੁਝ ਪ੍ਰੋਬਲਮਸ ਹੈਗੀਆਂ ਨੇ, ਉਹ ਸ਼ਾਇਦ ਇਹੀ ਨੇ ਕਿ ਇੱਕ ਦੂਸਰੇ ਤੋਂ ਅੱਗੇ ਜਾ ਕੇ, ਭਾਵੇਂ ਧਰਮ ਦੀ ਗੱਲ ਕਰ ਲਈਏ ਸੀ ਕਿ ਜੀ ਮੇਰਾ ਧਰਮ ਦੂਸਰੇ ਤੋਂ ਧਰਮ ਤੋਂ ਬੈਟਰ ਹੈ, ਜਾਂ ਮੇਰਾ ਗੁਰੂ ਜਿਹੜਾ ਦੂਸਰੇ ਨਾਲੋਂ ਜ਼ਿਆਦਾ ਬੈਟਰ ਹੈਗਾ, ਜਾਂ ਮੈਂ ਜਿਹੜਾ ਦੂਸਰੇ ਨਾਲੋਂ ਬੈਟਰ ਹੈ, ਇਹ ਕੰਪੈਰੀਜ਼ਨ ਜਦੋਂ ਹੋ ਰਿਹਾ ਉਹ ਬਾਹਰਲੇ ਸਥਲ 'ਤੇ ਹੋ ਰਿਹਾ, ਆਪਣੇ ਲੈਵਲ 'ਤੇ ਨਹੀਂ ਹੋ ਰਿਹਾ ਹੈਗਾ। ਸੋ ਉਹ ਜਦੋਂ ਚੇਂਜ ਆਏਗਾ, ਹੁਣ ਇਹ ਕਹਿਣ ਨਾਲ ਤਾਂ ਡਿੰਪਲ ਜੀ ਆ ਨਹੀਂ ਜਾਏਗਾ ਜੀ ਮੈਂ ਆਪਣੇ ਆਪ ਨੂੰ ਜੇ ਕਹੀ ਜਾਵਾਂਗਾ ਜੀ ਮੈਂ ਪੀਸਫੁਲ ਹੈਗਾ ਜਾਂ ਮੈਂ ਇਹ ਹੈਗਾ ਮੈਂ ਉਹ ਹੈਗਾ, ਬਟ ਇਹ ਤਾਂ ਹੈਗਾ ਨਾ ਇਨ ਪ੍ਰੈਕਟਿਸ ਜਦੋਂ ਆਉਣੀ, ਮੇਰੇ ਸਿਰ 'ਤੇ ਜਦੋਂ ਗੱਲ ਪੈਣੀ, ਹਾਓ ਆਈ ਐਮ ਏਬਲ ਟੂ ਰਿਸਪੋਂਡ ਟੂ ਦੈਟ, ਕਿਸ ਤਰ੍ਹਾਂ ਮੈਨੂੰ ਜੋ ਮੈਂ ਇੱਕ ਕ੍ਰੀਏਟ ਕੀਤਾ ਆਪਣੇ ਬਾਰੇ ਇੱਕ ਇਮੇਜ, ਜਦੋਂ ਉਹਨੂੰ 6:00 ਕਿਵੇਂ ਮੈਂ ਉਸਨੂੰ ਯੂ ਨੋ ਕੰਟਰੋਲ ਕਰਦਾ ਜਾਂ ਕਿਵੇਂ ਮੈਂ ਉਸ ਵਿੱਚੋਂ ਬਾਹਰ ਨਿਕਲਦਾ। ਸੋ ਅਗੇਨ ਜਿਹੜੀ ਤੁਸੀਂ ਗੱਲ ਕੀਤੀ ਇਟਸ ਵੰਡਰਫੁਲ, ਬਟ ਅਗੇਨ ਹਾਊ ਟੂ ਡੂ ਇਟ ਪ੍ਰੈਕਟੀਕਲੀ, ਸਿਰਫ ਕੀ ਇਹ ਕਹਿਣ ਨਾਲ ਕਿ ਮੈਂ ਪੀਸਫੁਲ ਹਾਂ ਜਾਂ ਮੈਂ ਇਹ ਹੈਗਾ ਮੈਂ ਸ਼ਾਂਤਮਈ ਆਤਮਾ ਹੈਗੀ ਹਾਂ ਮੈਂ ਇਹ ਕਰਦਾ, ਕੀ ਇਹਦੇ ਨਾਲ ਫਰਕ ਪੈ ਜਾਏਗਾ? ਐਬਸੋਲੂਟਲੀ, ਓਕੇ, ਐਬਸੋਲੂਟਲੀ। ਇਟਸ ਲਾਈਕ ਜੇ ਲੈਟਸ ਸੇ ਅਸੀਂ ਆਪਣਾ ਦਿਨ ਸ਼ੁਰੂ ਕਰਦੇ ਹਾਂ ਨਾ, ਜੇ ਅਸੀਂ ਆਪਣਾ ਦਿਨ ਸ਼ੁਰੂ ਕਰਦੇ ਇੱਕ ਸੋਚ ਦੇ ਨਾਲ ਕਿ ਪਤਾ ਨਹੀਂ ਅੱਜ ਕੀ ਹੋਣਾ ਕੀ ਨਹੀਂ ਹੋਣਾ, ਪਰ ਯੂ ਨੋ ਵਟ ਆਈ ਐਮ ਗੋਇੰ ਟੂ ਗਿਵ ਇਟ ਮਾਈ ਬੈਸਟ, I'm going to face it head on, Jee. no matter what comes where. So, thada automatically ehi kande naal enna aatma vishwas bad janda ke tusi chahe koi bhi vaddi to choti situation aaye tusi face karoge. Hun je tusi eight soch ke kaam karde, you know, pata nahi aaj din kidda da hona, I'll just go with the flow. You will go with the flow. Right. Meaning ke je situation aayegi koi bhi, tusi prepared nahi honge apne aap nu, because you're going to go with the flow and you are going to go with the flow. Right. Right? So, similarly, yes, it
makes a huge difference, not only saying it, but actually feeling it. Right. Feeling, not only feeling, but actually believing it. And that comes with the practice. Because see, what happens is, asi apne aap to enna dur chale gaye hain ki jado asi koi bhi cheez karde hain apne apni apne aap tin apne core values to nahi rakhe, that doesn't feel good. Mm-hmm. Right? If we, let's say, yell at somebody or if jaise kisi se gussa hone, does it feel good? Maybe for a short time, yes, maybe, but later on, ultimately, you regret. You regret, yeah. Because that's not your true nature. Right. Right? Uh-huh. But jay asi kise na pyar de naal gal karde hain aur kise na shanti naal gal karde hain, you feel, how do you feel at that time? Right. You feel good. Mm-hmm. Even though in a bad situation, you remain calm, you remain, peaceful, you feel you've accomplished something. Okay. Why? Because that's the time where you are more closer to your own innate self. Mm-hmm. सो थोड़ा ये कहना मतलब है कि स्ट्रेस खत्म करके बस करी चलो जो तुसी करना चाहते हो अपनी जो थोड़ियां कोर वैल्यूज जो तुसी स्थापित की थी उन्हों मुख रख के तुसी अपनी फाउंडेशन जो भी बनाई हुई है उस विच चेंजेस ले आके जो तुसी इस लेवल दे उत्ते आके काम करोगे तो थिंग्स विल बी फाइन व्हाटएवर द रिजल्ट्स आर दे आर सेपरेट एब्सोल्युटली एंड सी अनदर थिंग सानू जरूर बहुत जरूरी समझना कि जदों असी अपने कोर वैल्यूज तो कोई भी काम करदे हां जी ओदे नाल टॉलरेंस बढ़ती है आत्मा दी जी सो टॉलरेंस बढ़न द बेनिफिट्स की हैगा ऑन फॉर एग्जांपल जे अज कोई भी यू नो कुछ भी हुंदा कोई भी आके कुछ कहंदा है जी असी एटलीस्ट उस स्पेस तो आ सकते हैं जिथों असी दूसरे नू समझ सकते हैं कि यू नो इन्हें कुछ किया बड़ा भुला किया शायद अपने नज़रिए तो सही है पर ये किन्ना सच्चाई हैगा या किन्ना झूठिया दैट आई कैन जज फॉर माई सेल्फ बिकॉज नाउ आई एम इन माई सेल्फ रिस्पेक्ट आई नो माई वीकनेसिस एंड माई स्ट्रेंथ राइट वीकनेसिस एंड स्ट्रेंथ्स एंड किवें इसनों कोप करना है तुसी क्योंकि बहुत एक चैलेंजिंग हैगा इट्स नॉट एन ईजी जॉब इसनों अभी अगले अपने एपिसोड विच कंटिन्यू रखांगे थोड़ा बहुत बहुत धन्यवाद इतने आपके गलबात करने लिए थैंक यू फॉर योर टाइम थैंक यू